ਅੱਜ ਰੋਡ ਸ਼ੋ ਸੀ। ਸੋਢੀ ਬਿਕਰਮ ਸਿੰਘ ਜੀ ਉਮੀਦਵਾਰ ਨੇ ਬਸਪਾ ਅਤੇ ਪੰਜਾਬ ਡੈਮੋਕ੍ਰੇਟਿਕ ਫਰੰਟ ਦੇ ਪੰਜਾਬ ਦੇ ਸਾਂਝੇ ਉਮੀਦਵਾਰ ਨੇ। ਸੋ ਸਵੇਰ ਤੋਂ ਸਾਡਾ ਪ੍ਰੋਗਰਾਮ ਚੱਲ ਰਿਹਾ ਸੀਗਾ ਅਤੇ ਵੱਖ ਵੱਖ ਨੁਮਾਇੰਦਿਆਂ ਦੇ ਅਸੀਂ ਪਹਿਲਾਂ ਵੀ ਲੈ ਚੁੱਕੇ ਹਾਂ ਗੱਲਾਂ ਬਾਤਾਂ ਅਤੇ ਇੱਕ ਸਾਡੇ 'ਚ ਨਵਾਂ ਪੰਜਾਬ ਪਾਰਟੀ ਦੇ ਜਿਹੜੇ ਮੁੱਖ ਕਾਰਕੁਨ ਨੇ ਸਰਦਾਰ ਜ਼ੋਰਾਵਰ ਸਿੰਘ ਜੀ ਦੋਪਰ ਬੇਦੀ ਤੋਂ। ਸੋ ਇਹਨਾਂ ਦੇ ਨਾਲ ਕਰਦੇ ਹਾਂ ਜੀ ਗੱਲਬਾਤ। ਜੀ ਜ਼ੋਰਾਵਰ ਸਿੰਘ ਜੀ, ਤੁਸੀਂ ਸਾਰਥੀ ਵੀ ਸੀ ਵਿਕਰਮ ਜੀ ਦੇ ਅੱਜ ਮੇਰੇ ਕੋਲ। ਅਤੇ ਕਿਵੇਂ ਲੱਗਿਆ ਜੀ ਅੱਜ? ਪਹਿਲਾਂ ਤਾਂ ਸਾਧ ਸੰਗ ਨੂੰ ਵਾਹਿਗੁਰੂ ਜੀ ਕਾ ਖਾਲਸਾ। ਮੈਂ ਸੱਚੇ ਇਨਸਾਨ ਦੇ ਜਿਹੜਾ ਇੱਕ ਇੰਟਰਨੈਸ਼ਨਲ ਅਪੋਲੋ ਦਾ ਪਲੇਅਰ ਹੈ, 40 ਘੰਟੇ ਇਹ ਬਿਜ਼ਨਸ ਹੈ, ਗੁਰੂ ਸਾਹਿਬ ਦੀ ਜਾਣੀ ਕਿ ਅੰਸ਼ ਵੰਸ਼ ਤੋਂ 12ਵੀਂ ਪੀੜ੍ਹੀ 'ਚੋਂ ਹੈ ਸੋਢੀ ਬਿਕਰਮ ਸਿੰਘ ਜੀ। ਮੈਂ ਅੱਜ ਇਸ ਗੱਲ ਦਾ ਮਾਣ ਮਹਿਸੂਸ ਕਰਦਾ ਹਾਂ ਕਿ ਮੈਂ ਇੱਕ ਸੱਚੇ ਇਨਸਾਨ ਦੇ ਨਾਲ ਡਰਾਈਵਰੀ ਵੀ ਕੀਤੀ ਹੈਗੀ ਹੈ ਅਤੇ ਦਰੀਆਂ ਵਿਛਾਣੀਆਂ ਵੀ ਮੈਂ ਦਰੀਆਂ ਹੀ ਵਿਛਾਵਾਂਗਾ। ਜਿੰਨਾ ਵੀ ਹੋ ਸਕਦਾ ਮੈਂ ਆਪਣੇ ਹਲਕੇ ਵਾਸਤੇ, ਲੋਕ ਸਭਾ ਵਾਸਤੇ ਜੋ ਕਰ ਸਕਦਾ ਮੈਂ ਕਰਨ ਨੂੰ ਤਿਆਰ ਹਾਂ। ਇੱਕ ਹੋਰ ਕਾਰਕੁਨ ਜੀ ਸਾਡੇ ਨਾਲ ਪੈਪ ਤੋਂ ਨੇ, ਪੰਜਾਬ ਏਕਤਾ ਪਾਰਟੀ ਤੋਂ, ਕੁਲਵੰਤ ਸਿੰਘ ਜੀ ਸੈਣੀ। ਬਹੁਤ ਹੀ ਮਿਹਨਤ ਕਰਦੇ ਹੋਏ ਮੈਂ ਦੇਖੇ ਨੇ, ਅੱਜ ਅੱਖੀਂ ਦੇਖੇ ਨੇ, ਪਹਿਲਾਂ ਸੁਣਿਆ ਸੀ। ਅਤੇ ਕੁਲਵੰਤ ਜੀ, ਕੱਲ੍ਹ ਅਤੇ ਪਰਸੋਂ ਦਾ ਕੀ ਪ੍ਰੋਗਰਾਮ ਹੈ ਜੀ? ਕੱਲ੍ਹ ਅਤੇ ਪਰਸੋਂ ਦਾ ਇਹੀ ਪ੍ਰੋਗਰਾਮ ਹੈ ਜੀ ਕਿ ਅਸੀਂ ਹੁਣ ਜੋ ਸਾਡੇ ਬੂਥ ਹੈ ਜੀ ਪਿੰਡਾਂ ਵਿੱਚ ਜਾ ਕੇ ਅਸੀਂ ਜੋ ਵੀ ਸਾਡੇ ਬੂਥ ਇੰਚਾਰਜ ਅਸੀਂ ਬਣਾਏ ਹੋਏ ਆ ਉਹਨਾਂ ਨਾਲ ਰਾਬਤਾ ਕਾਇਮ ਕਰਾਂਗੇ ਅਤੇ ਜੋ ਆਪਾਂ ਬੈਗ ਹੈਗੇ ਆ ਇਲੈਕਸ਼ਨ ਉਹਦੇ ਸਮੱਗਰੀ ਹੈਗੀ ਹੈ ਉਹ ਬੂਥਾਂ 'ਤੇ ਪਜਾਵਾਂਗੇ ਅਤੇ ਸਾਰੀਆਂ ਜਿੰਨੇ ਵੀ ਆਪਣੇ ਵੀਰ ਹੈਗੇ ਆ ਇਹਨਾਂ ਸਾਰਿਆਂ ਨੂੰ ਇਹੀ ਗਾਈਡੈਂਸ ਕਰਾਂਗੇ ਕਿ ਆਪਾਂ ਕਿਵੇਂ ਬੂਥ ਲਾਉਣਾ ਹੈ, ਕਿਵੇਂ ਕੋਈ ਵੀ ਉਹਨਾਂ ਨੂੰ ਗਾਈਡ ਵੀ ਕਰਾਂਗੇ ਕਿ ਅਗਰ ਤੁਹਾਡੇ ਨਾਲ ਕੋਈ ਧੱਕਾ ਕਰਦਾ ਹੈ ਤੁਸੀਂ ਸਾਨੂੰ ਸੋਢੀ ਸਾਹਿਬ ਨੂੰ ਅਤੇ ਜੋ ਪੰਜਾਬ ਏਕਤਾ ਪਾਰਟੀ ਦੀ ਟੀਮ ਹੈ, ਬਹੁਜਨ ਸਮਾਜ ਪਾਰਟੀ ਟੀਮ ਹੈ, ਹਮੇਸ਼ਾ ਸਾਡੇ ਨਾਲ ਸੰਪਰਕ ਵਿੱਚ ਰਹਿਣਾ, ਇਹੀ ਉਹਨਾਂ ਨੂੰ ਸਮਝਾਵਾਂਗੇ।